ਬੱਚਿਓ, ਅੱਜ ਅਸੀਂ ਤੁਹਾਨੂੰ ਤੇਜ਼ਾਬ ਅਤੇ ਖਾਰ ਬਾਰੇ ਦੱਸਾਂਗੇ। ਤੁਸੀਂ ਦੱਸੋ ਕਿ ਤੇਜ਼ਾਬ ਅਤੇ ਖਾਰ ਵਿੱਚ ਕੀ ਅੰਤਰ ਹੁੰਦਾ ਹੈ? ਤੇਜ਼ਾਬ ਸਵਾਦ ਵਿੱਚ ਖੱਟਾ ਹੁੰਦਾ ਹੈ ਅਤੇ ਖਾਰ ਸਵਾਦ ਵਿੱਚ ਕੌੜੇ ਹੁੰਦੇ ਹਨ। ਹੁਣ ਅਸੀਂ ਦੋ ਘੋਲ ਲਏ ਹਨ, ਤੁਸੀਂ ਇਹਨਾਂ ਨੂੰ ਟੇਸਟ ਕਰਕੇ ਦੱਸੋ ਕਿ ਇਹ ਖਾਰ ਹੈ ਜਾਂ ਤੇਜ਼ਾਬ। ਨਹੀਂ ਨਹੀਂ, ਇਹ ਸਾਡੇ ਲਈ ਹਾਨੀਕਾਰਕ ਵੀ ਹੋ ਸਕਦੇ ਹਨ, ਤਾਂ ਕਰਕੇ ਅਸੀਂ ਇਹਨੂੰ ਜੀਭ ਉੱਤੇ ਪਾ ਕੇ ਨਹੀਂ ਦੱਸ ਸਕਦੇ, ਇਸ ਕਰਕੇ ਤੁਸੀਂ ਹੋਰ ਵੀ ਤਰੀਕਾ ਲੱਭੋ। ਹਾਂ ਬੱਚੋ, ਤੁਸੀਂ ਸਹੀ ਕਿਹਾ, ਅਸੀਂ ਇਸ ਲਈ ਇੱਕ ਸੂਚਕ ਦੀ ਵਰਤੋਂ ਕਰਾਂਗੇ ਜੋ ਸਾਨੂੰ ਦੱਸੇਗਾ ਕਿ ਇਹ ਤੇਜ਼ਾਬ ਹੈ ਜਾਂ ਖਾਰ। ਉਸਦਾ ਨਾਮ ਹੈ ਫਿਨੋਲ ਥੈਲਿਨ। ਹੁਣ ਅਸੀਂ ਆਹ ਸੂਚਕ ਪਾਵਾਂਗੇ, ਇਸਦਾ ਨਾਮ ਹੈ ਫਿਨੋਲ ਥੈਲਿਨ। ਸਾਨੂੰ ਇਸ ਤੋਂ ਕਿਵੇਂ ਪਤਾ ਲੱਗੂ ਇਹਦੇ ਵਿੱਚ ਤੇਜ਼ਾਬ ਆ ਜਾਂ ਖਾਰ? ਜਦੋਂ ਅਸੀਂ ਇਸ ਵਿੱਚ ਤੇਜ਼ਾਬ ਪਾਵਾਂਗੇ ਤਾਂ ਉਸਦੇ ਰੰਗ ਵਿੱਚ ਕੋਈ ਵੀ ਪਰਿਵਰਤਨ ਨਹੀਂ ਆਊਗਾ। ਜਦੋਂ ਉਸ ਵਿੱਚ ਖਾਰ ਪਾਵਾਂਗੇ ਤਾਂ ਇਸਦਾ ਰੰਗ ਗੁਲਾਬੀ ਹੋ ਜਾਵੇ। ਹੁਣ ਅਸੀਂ ਇਸ ਵਿੱਚ ਤੇਜ਼ਾਬ ਪਾਵਾਂਗੇ। ਇਸਦੇ ਰੰਗ ਵਿੱਚ ਕੋਈ ਵੀ ਪਰਿਵਰਤਨ ਨਹੀਂ ਆਇਆ, ਇਸ ਲਈ ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਤੇਜ਼ਾਬ ਹੈ। ਹੁਣ ਅਸੀਂ ਇਸ ਵਿੱਚ ਖਾਰ ਪਾ ਕੇ ਵੇਖਾਂਗੇ। ਹੁਣ ਇਸਦਾ ਰੰਗ ਗੁਲਾਬੀ ਹੋ ਗਿਆ ਤਾਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਖਾਰ ਹੈ, ਜਿਸ ਕਰਕੇ ਫਿਨੋਲ ਥੈਲਿਨ ਦਾ ਰੰਗ ਗੁਲਾਬੀ ਹੋ ਗਿਆ ਹੈ। ਹੁਣ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਕਿ ਕੀ ਤੇਜ਼ਾਬ ਹੈ ਅਤੇ ਕੀ ਖਾਰ ਹੈ। ਹਾਂਜੀ।